ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਕੀ ਆਪਣਾ ਜੀ? ਰਜਿੰਦਰ ਕੌਰ। ਪਿੰਡ ਕਿਹੜਾ? ਧਾਹਾ ਕਲੇਰਾਂ। ਠੀਕ ਹੈ। ਤੁਸੀਂ ਨਾ ਆਪਣਾ ਦੱਸਣਾ ਹੈ ਵੀ ਤੁਹਾਨੂੰ ਪ੍ਰੋਬਲਮ, ਤੁਸੀਂ ਇਲਾਜ ਕਰਵਾਇਆ ਸੀ ਮੇਰੇ ਕੋਲ ਨਾ। ਮੈਂ ਤੇ ਪਤਾ ਕਿੱਦਾਂ ਭਾਜੀ, 5 ਸਾਲ ਹੋ ਗਏ ਸੀ ਮੇਰਾ ਇਨਸੀਡੈਂਟ ਹੋਇਆ ਸੀ। ਕਦੋਂ ਹੋਇਆ ਸੀ? 2014 ਚ। ਠੀਕ ਹੈ। ਹੋਇਆ ਕਿਸ ਨਾਲ? ਮੈਂ ਬਹੁਤ ਬੰਗਿਆ। ਠੀਕ ਹੈ। ਮੈਂ ਬਹੁਤ ਥਾਈ ਘੁੰਮੀ, ਬਹੁਤ ਡਾਕਟਰਾਂ ਕੋਲ ਗਈ, ਪਰ ਮੈਂ ਠੀਕ ਨਹੀਂ ਹੋਈ ਕਿਤੇ ਹੋਈ। ਕਿੰਨੇ ਸਾਲ ਘੁੰਮੇ? ਮੈਂ ਤਕਰੀਬਨ 4.5 ਸਾਲ ਰੱਖ ਲਓ। ਉਹ ਤੋਂ ਬਾਅਦ ਮੈਨੂੰ ਬਰਾਮ ਦੱਸਿਆ ਡਾਕਟਰ ਮਹਾਰਾਜਾ ਹੋਸਪਿਟਲ। ਮੈਂ ਉੱਥੇ 15 ਦਿਨ ਆਪਣਾ ਟ੍ਰੀਟਮੈਂਟ ਕਰਾਇਆ ਅਤੇ ਉਹ ਤੋਂ ਬਾਅਦ ਮੈਨੂੰ 3 ਦਿਨ ਫਰਕ ਪੈ ਗਿਆ। 3 ਦਿਨ ਮੈਂ ਤੁਹਾਨੂੰ ਕਰਨ ਲੱਗ ਪਈ। ਹੋਇਆ ਕੀ ਸੀ? ਇੰਸੀਡੈਂਟ ਹੋਇਆ ਸੀ, ਨਾੜ ਬਲੋਕ ਸੀ। ਕਿਹੜੀ ਨਾੜ ਬਲੋਕ ਸੀ? ਲੱਤ ਦੀ। ਦੱਸੋ ਕਿੱਥੋਂ ਸੀ? ਤੁਹਾਨੂੰ ਤੋੜਨ ਦੀ ਦਿੱਕਤ ਸੀ, ਦਰਦ ਸੀ, ਕੀ ਹੁੰਦਾ ਸੀ? ਤੋੜ ਹੁੰਦਾ ਵੀ ਸੀ, ਮੰਜੇ 'ਤੇ ਪਈ ਸੀ ਬਸ, ਮੰਜੇ 'ਤੇ ਨਿਆਣਿਆਂ ਨੂੰ ਬੈਠੀ ਨੂੰ ਦੇਣਾ ਸਾਰਾ ਕੁਛ, ਰੋਟੀ ਪਕਾਉਣੀ ਅਤੇ ਨਿਆਣਿਆਂ ਨੂੰ ਚੌਂਕੇ ਦੇ ਕੋਲ ਸਾਰਾ ਸਮਾਨ ਰੱਖ ਦੇਣਾ, ਫਿਰ ਪਕਾਉਣੀ ਰੋਟੀ ਨਿਆਣਿਆਂ ਨੇ। ਤੁਹਾਨੂੰ ਫਿਰ ਮੇਰੇ ਤੋਂ ਆਪਾਂ ਲੈ ਗਈ ਸੀ ਅਤੇ ਇੱਥੇ ਮਹਾਰਾਜਾ ਹੋਸਪਿਟਲ ਮੈਨੂੰ ਕਿਸੇ ਨੇ ਦੱਸਿਆ। ਮੈਂ ਇੱਥੇ ਪਹੁੰਚੀ, ਮੈਂ 3 ਦਿਨ ਫਰਕ ਪੈ ਗਿਆ ਇੱਥੇ। ਮਤਲਬ ਤੁਸੀਂ ਇਲਾਜ ਕਰਾਉਂਦਾ ਮੁੜ ਕੇ ਕੋਈ ਪ੍ਰੋਬਲਮ ਆਈ ਹੋਵੇ? ਮੁੜ ਕੇ ਕੋਈ ਪ੍ਰੋਬਲਮ ਨਹੀਂ ਆਈ। ਆ ਹੁਣ ਮੈਂ ਕੱਲ੍ਹ ਪਰਸੋਂ ਫਿਰ ਡੈਗ ਵੀ ਬੰਗਿਆ, ਹੁਣ ਮੋਢੇ 'ਤੇ ਦਰਦ ਆ, ਕੱਲ੍ਹ ਆਈ, ਅੱਜ ਮੈਂ ਫਿਰ ਕੱਪੜੇ ਧੋ ਲਏ, ਅੱਜ ਮੈਂ ਬਿਲਕੁਲ ਠੀਕ ਹਾਂ। ਮਤਲਬ ਜਦੋਂ ਆਏ ਸੀ ਕੱਲ੍ਹ ਤਾਂ ਤੁਸੀਂ ਤੜਫਦੇ ਸੀ ਬਹੁਤ? ਬਹੁਤ ਤੜਫਦੀ ਸੀ, ਮੇਰੇ ਤੋਂ ਬਹਿ ਵੀ ਨਹੀਂ ਸੀ ਹੁੰਦਾ, ਇੱਦਾਂ ਤਿਲ ਕਰਦਾ ਸੀ, ਤਾਂ ਮਾਰ ਕੇ ਰੋਵਾਂ, ਦਰਦ ਇੰਨੀ ਹੁੰਦੀ ਸੀ। ਤਾਂ ਪਾਪ ਜਿੱਦਣ ਇੰਸੀਡੈਂਟ ਹੋਇਆ ਸਾਰੀ ਰਾਤ ਮੈਂ ਸੁੱਤੀ ਨਹੀਂ। ਮੈਂ ਆਪਣੇ ਨਿਆਣੇ ਨੂੰ ਕਹਿੰਦੀ ਸੀ ਮੈਨੂੰ ਬਰਾਮ ਲੈ ਜਾਓ, ਮੈਂ ਠੀਕ ਹੋ ਜਾਣਾ। ਅਤੇ ਤੁਸੀਂ ਇਲਾਜ ਤੋਂ ਖੁਸ਼ ਹੋ ਪੂਰੇ? ਬਿਲਕੁਲ ਜੀ, ਖੁਸ਼ ਹੀ ਹੋਵਾਂਗੇ ਜੀ, ਰੱਬ ਮਿਲ ਗਿਆ, ਕਿਉਂਕਿ ਅਸੀਂ ਤੁਹਾਨੂੰ ਮੰਜੇ 'ਤੇ ਬੈਠੇ ਤੁਹਾਨੂੰ ਕਰਨ ਲੱਗ ਪਏ, ਦੁਨੀਆਂ 'ਚ ਆ ਗਿਆ ਨਵੀਂ 'ਚ, ਹੈ ਨਾ। ਮਤਲਬ ਖੁਸ਼ ਹੈ ਨਾ? ਬਿਲਕੁਲ ਖੁਸ਼ ਹਾਂ ਜੀ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।